ਵੈਲਕਮ ਜੀ, ਵੈਲਕਮ ਹੋ ਗਿਆ ਦੋਸਤੋ ਪਿਜਨ ਪੈਰਟ ਚੈਨਲ 'ਚ। ਦੋਸਤੋ ਖੁਸ਼ਾਮਦੀਦ ਹੋ ਗਿਆ ਜੀ। ਲਓ ਜੀ ਭਾਈ ਜਾਨ, ਇਹ ਇੱਕ ਕਬੂਤਰ ਬੈਠਾ ਭਾਈ ਜਾਨ, ਅੱਜ ਦੂਸਰਾ ਦਿਨ ਆ ਇਹ ਲੂੰਡਾ ਕਬੂਤਰ ਬੈਠਾ। ਇੱਕ ਅੱਗੇ ਇੱਕ ਦਿਨ ਬੈਠਾ ਸੀ, ਇਹ ਵੀ ਨੀਵੀਂ ਦਾ ਵਾ ਜੀ, ਇਹਨੇ ਮੈਂ ਫੜਿਆ ਕੋਈ ਨੀਗਾ ਜੀ, ਨਾ ਕੋਸ਼ਿਸ਼ ਕੀਤੀ ਫੜਨ ਦੀ ਨਾ ਫੜਿਆ ਵਾ। ਅੱਜ ਦੂਸਰਾ ਦਿਨ ਆ, ਉੱਡਦਾ ਵਾ ਆ ਕੇ ਬਹਿਣਦਾ। ਇੱਕ ਭਾਅ ਜੀ ਇੱਥੇ ਕਬੂਤਰ ਫਿਰਦਾ ਵਾ, ਉਹ 3 ਦਿਨ ਉਹ ਇੱਦਾਂ ਹੀ ਫਿਰਦਾ ਰਿਹਾ ਵਾ, ਮੈਂ ਫੜਿਆ ਨਹੀਂ। ਥੱਲੇ ਉਤਰਿਆ ਦਾਣਾ ਖਾਣ ਲੱਗ ਪਿਆ, ਅਤੇ ਉਹ ਵੀ ਕਬੂਤਰ ਜਨਾਬ ਗਿੱਜਿਆ ਗਿਜਾਇਆ ਲੱਭ ਗਿਆ ਜੀ। ਇਹ ਅਸੂਲੀ ਜਨਾਬ, ਮੈਂ ਜਿਹੜੇ ਕਬੂਤਰ ਪੱਟੇ ਆ, ਪਛਾਣ ਲਓ ਜਨਾਬ ਕਿੰਨੇ ਕਬੂਤਰ ਪੱਟੇ ਆ ਜੀ ਅਸੂਲੀ। ਇਹ ਛਾਤੀ ਮਾਰ ਲਓ ਮੇਰਾ ਭਰਾ, ਐਤਕੀ ਕਬੂਤਰ ਉਡਾਉਣੇ ਆ ਸਾਰੇ ਕਾਲੇ ਤਾਂ ਕਾਲੇ 'ਚ ਹੀ ਨੇ, ਚਿੱਟੇ ਕਬੂਤਰ ਰੋਕ ਲੈਣੇ। ਇੱਕ ਦਿਨ ਉਡਾਇਆ ਕਰਨੇ ਕਾਲੇ ਚਿੱਟੇ ਚੀਨੇ ਅਤੇ ਕਾਲੇ, ਇੱਕ ਦਿਨ ਉਡਾਇਆ ਕਰਨੇ ਜੌਂਸਰੇ ਅਤੇ ਦੂਸਰੇ। ਇਹ ਕਬੂਤਰ ਆਪਾਂ ਕੱਢੇ ਕਾਫੀ ਸਾਰੇ ਬਾਹਰ, ਪਟਾਈ ਦਿੱਤੀ ਮਾਸ਼ਾਅੱਲਾ, ਦਾਣੇ ਦਾ ਟਾਈਮ ਆ ਹੁਣ। ਅਤੇ ਜਿਹੜੇ ਦੋਸਤ ਪੁੱਛਦੇ ਆ ਨਾ ਕਿ ਸਾਖੀ ਭਾਈ ਇਹ ਪਰ ਪਟਾਈ ਦਿੱਤੀ ਕੀ, ਯਾਰ ਮੈਂ ਇੱਕ ਤਾਂ ਗੱਲ ਆ ਉਸਤਾਦ ਨਹੀਂ ਹੈਗਾ, ਦੂਸਰੀ ਗੱਲ ਅਤੇ ਮੈਂ ਤਾਂ ਭਾਈ ਜੀ ਕਬੂਤਰ ਨਾਲ ਕਦੀ ਮਤਲਬ ਕਿ ਨਾ ਰੱਦੋ ਬਦਲ ਨਹੀਂ ਕੀਤਾ। ਜੇ ਇਸ ਰੂਟੀਨ ਨਾਲ ਕਬੂਤਰ ਉੱਡਦੇ ਉੱਦਾਂ ਉਡਾਉਂਦਾ, ਜੇ ਇਸ ਰੂਟੀਨ ਨਾਲ ਦਾਣਾ ਪੁੰਨਾ ਉਹੀ ਪੁੰਨਾ, ਜਿਹੜੀ ਰੂਟੀਨ ਚੱਲਦੀ ਹੁੰਦੀ ਹੈ ਨਾ ਉਹੀ ਰੂਟੀਨ 'ਤੇ ਮੈਂ ਅਮਲ ਦਰਾਮਦ ਕਰਦਾ ਰਹਿੰਦਾ ਭਾਅ ਜੀ। ਮੈਂ ਭੋਰਾ ਚੇਂਜਿੰਗ ਨਹੀਂ ਕਰਦਾ ਕਬੂਤਰਾਂ ਦੇ ਵਿੱਚ। ਉਹਨਾਂ ਦਾਣਾ ਵਾ ਜੀ, ਆ ਮੇਰੇ ਕੋਲ ਸਰੋਂ ਥੋੜ੍ਹੀ ਮੁੱਕੀ ਆ, ਲੇਕਿਨ ਇਸ ਮੌਸਮ 'ਚ ਮੈਂ ਸਰੋਂ ਪਾਉਂਦਾ ਵੀ ਨਹੀਂ ਹੁੰਦਾ ਜਨਾਬ, ਚਨੀ ਪਾਉਂਦਾ ਵਾ, ਚਨੀ ਪਾ ਦਈ ਦੀ ਆਪਾਂ। ਇਹ ਕਣਕ ਦਾ ਬਾਜਰਾ ਇਕੱਲਾ ਪਾਉਂਦੇ ਹਾਂ ਜੀ, ਕਬੂਤਰਾਂ ਦੀ ਪਰ ਪੜਾਈ ਕੀਤੀ ਆ। ਲੋਕਾਂ ਨੂੰ ਵਹਿਮ ਆ, ਪਤਾ ਨਹੀਂ ਕਿਹੜੇ ਜਾਦੂ ਟੂਣੇ ਕਰਨੇ ਪੈਂਦੇ, ਮੰਤਰ ਪੜ੍ਹਨੇ ਪੈਂਦੇ, ਕੋਈ ਜਾਦੂ ਟੂਣੇ ਨਹੀਂ ਗਏ, ਕੋਈ ਮੰਤਰ ਨਹੀਂ ਗਏ, ਇਹ ਪਰ ਪੜਾਈ ਵਾਲੇ ਸਾਰੇ ਕਬੂਤਰ ਆ ਜੀ। ਇਨਸ਼ਾਅੱਲਾ ਮੇਰੇ ਅੱਲਾ ਨੇ ਚਾਹਿਆ, ਮੇਰੇ ਕੋਲ ਮੈਂ ਤੁਹਾਨੂੰ ਦਿਖਾਉਂਦਾ ਜੀ, ਕਾਫੀ ਸਾਰੇ ਹੈ ਨਾ ਕਾਲੇ ਚੀਨੇ ਕਬੂਤਰ ਆ। ਇਹ ਖੁੱਡੇ 'ਚੋਂ ਨਿਕਲੇ ਨਹੀਂ ਬਾਹਰ ਹਜੇ, ਚਲੋ ਬਾਹਰ। ਆਹ ਦੇਖੋ ਇੱਕ ਬਾਬਾ ਜੀ ਆ, ਬੜੇ ਪੁਰਾਣੇ, ਖੂੰ ਖੂੰ ਕਰਦੇ ਆ। ਆਪਾਂ ਵੀ ਨਹੀਂ ਇਹਨਾਂ ਨੂੰ ਕਦੀ ਕੁਛ ਕਿਹਾ, ਆਪਾਂ ਕਹੀਦਾ ਮੌਜ ਕਰੋ। ਇਹ ਬੱਚੇ ਜ਼ਿਆਦਾਤਰ ਕੁਛ ਹੈਗੇ, ਪੱਠੀਆਂ ਪੱਠੇ ਬੱਚੇ ਆ ਜੀ। ਆਹ ਚੈੱਕ ਕਰੋ, ਇਹ ਵਾ ਜੀ ਪਰ ਪੜਾਈ ਕੀਤੀ ਕਬੂਤਰਾਂ ਦੀ, ਇਹ ਦੇਖ ਲਓ। ਇਹ ਚੀਨੇ ਤਾਂ ਕਾਲੇ ਇੱਕੋ ਘਰ ਦੇ ਕਬੂਤਰ ਆ ਜੀ, ਇਹ ਉਡਾਉਣੇ ਆ, ਅਤੇ ਬਾਕੀ ਆਪਣੇ ਕੁਛ 2-4 ਪੁਰਾਣੇ ਕਬੂਤਰ ਆ ਬਸ। ਠੀਕ ਆ ਜੀ, ਇਹ ਪਰ ਪੜਾਈ ਕੀਤੀ ਆਪਾਂ ਅਸੂਲੀ ਜਨਾਬ, ਕੁਛ ਬੱਚੇ ਆਪਾਂ ਪੜ੍ਹਨ ਕੇ ਬਾਹਰ ਛੱਡੀ ਜਾਂਦੇ ਹਾਂ, ਕੁਛ ਇੱਦਾਂ ਹੀ ਵਾਰੇ ਹੁੰਦੇ ਆ, 2-2-3 ਦਿਨ ਫਿਰਦੇ ਰਹਿੰਦੇ ਆ। ਇਹ ਰੈੱਡ ਰੋਜ਼ ਦਾ ਬੱਚਾ ਵੀ ਮਾਸ਼ਾਅੱਲਾ ਬਾਹਰ ਆ ਜੀ, ਪ੍ਰੋਪਰ ਉਡਾ ਰਹੇ, ਲੇਕਿਨ ਮੈਨੂੰ ਗਝਾਉਣ ਦੀ ਲੋੜ ਨਹੀਂ ਪਈ ਜੀ, ਆਪਾਂ ਪਰ ਨਹੀਂ ਹਜੇ ਨਹੀਂ ਸਿੱਟਿਆ ਬੱਚੇ ਨੇ, ਉੱਦਾਂ ਹੀ ਬਾਹਰ ਫਿਰਦਾ, ਆਪਾਂ ਬੰਨ ਕੇ ਬਾਹਰ ਫਿਰਦਾ ਰਹਿੰਦੇ ਤਾਂ ਆਪ ਹੀ ਪਰ ਖੋਲ੍ਹ ਦਿੱਤੇ ਤਾਂ ਉੱਡਣ ਲੱਗ ਪਿਆ। ਠੀਕ ਆ ਜੀ, ਇੱਕ ਇਹ ਰੈੱਡ ਰੋਜ਼ ਦਾ ਬੱਚਾ ਵਾ ਵੱਡਾ, ਔਰ ਇੱਕ ਇੱਥੇ ਕਿਤੇ ਬੱਚਾ ਹੋਰ ਹੋਣਾ ਵਾ ਜੀ, ਇਹ ਜਿਹੜਾ ਇਹ ਵੀ ਰੈੱਡ ਰੋਜ਼ ਦਾ ਬੱਚਾ ਜੀ, ਇਹ ਕਾਲਾ। ਇਨਸ਼ਾਅੱਲਾ ਉਡਾਵਾਂਗੇ ਜੀ, ਇਹ ਆਪਣੇ ਘਰ ਦੇ ਪੱਠੇ ਆ ਜੀ, ਇਹ ਜਿਹੜੇ ਮਾਸ਼ਾਅੱਲਾ। ਇਹ ਚੈੱਕ ਕਰ ਲਓ, ਇਹ ਆਪਾਂ ਕਬੂਤਰਾਂ ਦੀ ਪਰ ਪੜਾਈ ਕੀਤੀ ਸੀ ਇੰਨੇ ਅਗਲੇ, ਇਹ ਕਬੂਤਰਾਂ ਦੀ ਪਰ ਪੜਾਈ ਇਹੀ ਸ਼ੌਂਕ ਕਰਨਾ। ਹੁਣ ਅਗਲਾ ਕੰਮ ਕਰ ਲੱਗਾ, ਜਾਲ ਲਾ ਕੇ ਥੱਲੇ ਰੱਖਣ ਲੱਗਾ ਜੀ। ਠੀਕ ਹੈ ਨਾ ਭਾਅ ਜੀ, ਇੱਥੇ ਥੱਲੇ ਲਾਵਾਂਗੇ, ਇੱਥੇ ਇੰਨੀ ਕੁ ਗਲੀ ਛੱਡਾਂਗੇ, ਇੱਥੇ ਕਲਾ ਦੇਣਾ ਇੰਨਾ, ਅਤੇ ਜ਼ਰਾ ਟੋਰੀ ਮੋੜ ਬਣਾ ਦੇਵਾਂਗੇ ਜਾਲ ਦਾ, ਜ਼ਰਾ ਥੱਲੇ ਹੈ ਨਾ, ਬਹੁਤਾ ਉੱਚਾ ਨਹੀਂ ਮੋੜ, ਇੱਥੇ ਕਬੂਤਰ ਆ ਕੇ ਬਹਿਣ, ਉੱਥੇ ਢੰਗੇ ਢੁੰਗੇ ਲਾ ਦੇਵਾਂਗੇ, ਚੇਂਜਿੰਗ ਕਰਦੇ ਹਾਂ ਥੋੜ੍ਹੀ ਜੀ। ਆ ਉੱਤੇ ਤਾਂ ਮੈਨੂੰ ਫਾਇਦਾ ਨਹੀਂ ਹੋਇਆ ਯਾਰ, ਮਜ਼ਾ ਨਹੀਂ ਆਇਆ, ਲਾਈਟਾਂ ਲੁਟਾਂ ਨਾਲ ਥੱਲੇ ਬੜੀ ਰੋਸ਼ਨੀ ਹੁੰਦੀ ਆ। ਆਹ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ ਲੱਗਿਆ, ਮੈਂ ਕਿਹਾ ਦੋਸਤਾਂ ਨਾਲ ਵੀਡੀਓ ਸ਼ੇਅਰ ਕਰੀਏ, ਦੱਸੀਏ ਦੋਸਤਾਂ ਨੂੰ। ਕਾਫੀ ਸਾਰੇ ਕਬੂਤਰ, ਵੱਡੇ ਵੀ ਕਬੂਤਰ ਪੱਟ ਪੱਟ ਕੇ ਬਾਹਰ ਛੱਡੀ ਜਾ ਰਿਹਾ ਮੈਂ, ਜਿਹੜਾ ਜਿਹੜਾ ਮੇਰੇ ਕੋਲ ਆ ਰਿਹਾ ਵਾ। ਜਾਲ ਤਾਂ ਆਪਣਾ ਬਿਲਕੁਲ ਵਿਹਲਾ ਹੋ ਗਿਆ ਜੀ, ਜਾਲ ਖਾਲੀ ਆ, ਜਾਲ ਦਾ ਕੋਈ ਸੋ ਮਾਹੌਲ ਸ਼ੋਰ ਨਹੀਂ ਹੈਗਾ ਜੀ। ਇਹ ਬਿਸਮਿਲ੍ਲਾ ਜੀ, ਇਹ ਕਬੂਤਰਾਂ ਉੱਤੇ ਜਾਲ 'ਚ ਦਾਣਾ ਪਾਉਣਾ ਵਾ, ਬਸ ਆਹੀ ਕਬੂਤਰ ਆ ਜੀ, ਅਲਹਮਦੁਲਿਲਾ ਜੀ। ਬਾਕੀ ਜਿਹੜੇ ਲਿਆਈਦੇ ਆ ਦੇਈ ਜਾਈਦੇ ਆਪਾਂ ਦੋਸਤਾਂ ਨੂੰ, ਕੋਈ ਨਹੀਂ ਆਪਾਂ ਐਡਾ ਟੈਨਸ਼ਨ ਬਣਾਈ ਜੀ। ਇਹ ਆਪਣੀ ਛੱਤ ਦਾ ਵਿਊ ਚੈੱਕ ਕਰੋ ਜ਼ਰਾ, ਇੱਦਾਂ ਹੀ ਢੰਗੇ ਇੱਧਰ ਲਾ ਦੇਵਾਂਗੇ, ਇਹ ਜਾਲ ਪੁੱਟ ਕੇ ਥੱਲੇ ਕਰ ਦਿਆਂ, ਇੱਥੇ ਜਾਫਰੀ ਬਣ ਜਾਓ, ਫਿਰ ਫਾਇਦਾ ਹੋਊਗਾ। ਲਾਈਟਾਂ ਤਾਂ ਲੱਗੀਆਂ ਹੋਣਗੀਆਂ ਨਾ, ਲਾਈਟਾਂ ਥੱਲੇ ਰੋਸ਼ਨੀ ਹੋਏਗੀ, ਇਹਦੇ ਵਿੱਚ ਫਿਰ ਸ਼ਾਮ ਨੂੰ ਛੱਡਿਆ ਕਰਾਂਗੇ ਹਨੇਰੇ, ਫਿਰ ਲਾਈਟਾਂ 'ਤੇ ਵਿਆਹ ਕਰਨੇ ਕਬੂਤਰ। ਆਹ ਭਾਅ ਜੀ ਮੈਨੂੰ ਕੋਈ ਮਜ਼ਾ ਨਹੀਂ ਆਇਆ ਜਨਾਬ, ਇੱਥੇ ਜਾਲ ਦਾ ਫਾਇਦਾ ਹੀ ਕੋਈ ਨਹੀਂ ਹੋਇਆ।
ਬਹਰਹਾਲ ਦਿਮਾਗ ਕੰਮ ਹੀ ਨਹੀਂ ਇੰਨਾ ਕਰਦਾ, ਖੁੱਲ੍ਹੀ ਜਗ੍ਹਾ ਚਾਹੀਦੀ ਸੀ, ਥੱਲੇ ਖੁੱਲ੍ਹੀ ਜਗ੍ਹਾ ਬਣਾ ਲਈ। ਅਤੇ ਇਹ ਛੱਤ ਦੇ ਵਿਊਜ਼ ਆ ਜੀ, ਮਾਸ਼ਾਅੱਲਾ ਜੀ, ਐਤਕੀ ਸ਼ੌਕ ਹੋਏਗਾ ਜੀ। ਜਾਲ ਹੋਰ ਦੋ ਚਾਰ ਆਪਣੇ ਇਲਾਕੇ ਦੋਸਤਾਂ ਨੇ ਰੱਖੇ ਆ, ਕਹਿੰਦੇ ਆ ਸ਼ੌਕ ਕਰਾਂਗੇ। ਚਲੋ ਸ਼ੁਗਲ ਮੇਲਾ ਇੱਥੇ ਇਲਾਕੇ 'ਤੇ ਆਪਣੇ ਲਾਵਾਂਗੇ ਨਾ। ਹਾਂਜੀ ਇਨਸ਼ਾਅੱਲਾ ਰੌਣਕਾਂ ਅੱਲਾ ਤਾਲਾ ਲਵਾਏਗਾ ਇਨਸ਼ਾਅੱਲਾ। ਆਹ ਆਪਣੇ ਕਬੂਤਰ ਆ ਭਾਅ ਜੀ, ਖੱਚਾ ਖੁੱਚਾ ਮਾਰਦੇ ਆ, ਦੋ ਚਾਰ ਫੜੇ ਸੀਗੇ ਫਿਰ ਕਬੂਤਰ ਜਨਾਬ ਜਾਲ ਦੇ ਵਿੱਚ, ਇੱਕ ਦੋ ਕੁਛ ਬਾਹਰੋਂ ਆਏ ਕਬੂਤਰ। ਕਿਹਾ ਹੀ ਮਾਹੌਲ ਭਰਾਵਾ ਬਣਾਉਂਦੇ ਰਹੀਦਾ ਵਾ, ਪਿਜਨ ਪੈਰਟ ਚੈਨਲ 'ਤੇ ਚਸਾਂ ਲੈਂਦੇ ਰਹੀਦਾ ਵਾ, ਅਤੇ ਆਪਣੀ ਰੌਣਕ ਮੇਲਾ ਲਾਈ ਰੱਖੀਦਾ। ਦੁਆਵਾਂ 'ਚ ਯਾਦ ਰੱਖਿਓ, ਪਿਜਨ ਪੈਰਟ ਚੈਨਲ ਸਬਸਕ੍ਰਾਈਬ ਕਰੋ। ਹੁਣ ਚਿੜੀ ਮਾਰੀ ਦਾ ਦੌਰ ਸ਼ੁਰੂ ਹੋਣ ਵਾਲਾ, ਕਬੂਤਰ ਸਾਰ ਹੋਣ ਦੀ ਦੇਰ ਆ ਜੀ। ਲਾਵਾਂਗੇ ਫਿਰ ਸ਼ੁਗਲ ਮੇਲੇ, ਠੀਕ ਹੈ ਜੀ। ਅੱਲਾ ਹਾਫਿਜ਼।